चल बया हाँ जी हाँ जी भाई सब तो पहला तो जिन्हें भी जाने तुसी फेसबुक ते लाइव देख रहे हो जा इस तो बाद देखोगे सब तो पहला सबनों प्यार परी सत श्री अकाल जी। वैसे ना मैं थोनों सारे ही जिन्हें भी तुसी जाने लाइव नाल जुड़ोगे मैं लाइव आना नहीं चाहता। मैं थोनों पता कि हुण लाइव वीडियो फेसबुक ते किन्ने पाउणा मैं बहुत घट पाउणा। जदों बंदे दे काम बोलन लग जाण तां फिर उदों बंदे नूं बाला बोलण दी जरूरत नहीं हुंदी। मैनूं इह बहुत सारे सियाणे बंदे ने गल दसी है पर मैं अज जिहड़ी इक मैं गल करनी आ तुहाडे नाल इस बेस ते गल करनी आ। इह एजेंटा ने ना की करिया इक बंदा प्लांट करता इह ऑन एयर चैनल है ऑन एयर चैनल बारे थोनूं मैं की दसां। ਇਹ ਆਪਣਾ ਆਇਆ ਡੈਰੀਆਂ ਭਰੀਆਂ ਪਈਆਂ ਨੇ ਕਾਕਾ ਡੈਰੀਆਂ ਭਰੀਆਂ ਪਈਆਂ ਮੈਂ ਖੋਲਦਾ। ਪੰਜਾਹ ਲੱਖ ਨਹੀਂ ਪੰਜਾਹ ਕਰੋੜ ਵਾਪਸ ਕਰਵਾਇਆ 50 ਕਰੋੜ ਏਜੰਟਾਂ ਤੋਂ। ਲੈ ਵੀ ਗੱਲ ਐ ਹਾਂ ਇੱਕ ਨਾ ਕੀ ਮੁੰਡਾ ਪਤਾ ਨਹੀਂ ਦਰਾਹੇ ਦਰੂਹੇ ਦਾ ਮੁੰਡਾ ਮੈਂ ਉਹਨੂੰ ਜਾਣਦਾ ਨਹੀਂ ਸੀ ਹੈਗਾ। ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਹੋ ਸਭ ਨੇ ਸਾਰੇ ਗੱਲ ਧਿਆਨ ਨਾਲ ਸੁਣ ਲਈ। ਖਾਸ ਕਰਕੇ ਮੈਂ ਆਉਣ ਇਹ ਚੈਨਲ ਦਾ ਜਿਹੜਾ ਮਾਲਕ ਆ ਉਹਦੇ ਵੀ ਅਤੇ ਉਹਦੇ ਪੱਤਰਕਾਰ ਦੇ ਵੀ ਮੈਂ ਸਾਰਿਆਂ ਦੇ ਵੀ ਅੱਜ ਪੜਦੇ ਖੋਲ ਵੀ ਦਿੰਦਾ ਅਤੇ ਮੈਨੂੰ ਲੱਖੇ ਬਾਈ ਨਾਲ ਮੈਂ ਗੱਲ ਕਰੀ ਸੀ। ਮੈਂ ਕਿਹਾ ਲੱਖੇ ਬਾਈ ਇਹਨਾਂ ਦਾ ਲੱਖੇ ਬਾਈ ਨੇ ਮੈਨੂੰ ਮਨਾ ਕਰਿਆ ਸੀ ਕਹਿੰਦਾ ਤਾਂ ਜਵਾਬ ਨਹੀਂ ਦੇਣਾ ਕਹਿੰਦਾ ਤਾਂ ਕਿਸੇ ਦਾ ਅੱਜ ਤੱਕ ਜਵਾਬ ਨਹੀਂ ਦੇਣਾ ਪਰ ਮੈਥੋਂ ਰਿਹਾ ਨਹੀਂ ਗਿਆ। ਮੈਂ ਅਮਨ ਨਾਲ ਵੀ ਗੱਲ ਕਰੀ ਸਾਰੇ ਮੈਨੂੰ ਬੰਦਿਆਂ ਨੇ ਕਿਹਾ ਕਹਿੰਦਾ ਤਾਂ ਇਹ ਗੱਲ ਦਾ ਕਿਸੇ ਜਵਾਬ ਨਹੀਂ ਦੇਣਾ ਕਹਿੰਦੇ ਹਰ ਇੱਕ ਬੰਦਾ ਕੋਈ ਐਵੇਂ ਤਰ੍ਹਾਂ ਦਾ ਕਹਿੰਦਾ ਜਿਹੜਾ ਕੋਈ ਕਹਿੰਦਾ ਫੇਮਸ ਹੋਣ ਦਾ ਮਹਾਰਾਜਾ ਕੋਈ ਬੋਲਣ ਲੱਗ ਜਾਓ ਅੱਜ ਫੇਮਸ ਹੋਏ ਬੰਦੇ ਨੂੰ ਕਰ ਹੀ ਦਿੰਦੇ ਆ ਅਤੇ ਇਹਦਾ ਚੈਲੰਜ ਸੈਪਟ ਹੈ। ਕੱਲ੍ਹ ਨੂੰ ਇਹਦੇ ਚਾਹੇ ਹੋ ਸਕਦਾ ਦਰਾਹੇ ਪਿੰਡ ਜਾਂ ਕਿਤੇ ਸਾਂਝੀ ਥਾਂ 'ਤੇ ਜਾ ਕੇ ਮੈਂ ਡੈਰੀਆਂ ਨੇ ਜਿਹੜੀਆਂ ਸਾਰੀਆਂ ਜਿਹੜਾ ਬੰਦਾ ਤੀਜੇ ਦਿਨ ਕਹਿਣ ਦਾ ਵੀ ਪੈਸੇ ਵਾਪਸ ਕਰਨੇ ਇਹਦੇ ਵਿੱਚੋਂ ਜਿਹੜੀ ਮਰਜ਼ੀ ਡੈਰੀ 'ਚੋਂ ਫੁੱਲ ਭਰੀ ਪਈ ਹੈ ਜਿਹੜਾ ਮਰਜ਼ੀ ਨੰਬਰ ਚੱਕ ਕੇ ਲਾ ਲਏ ਜੇ ਨਾ ਕਹਿੰਦਾ 10 ਤੋਂ 15 ਲੱਖ ਰੁਪਇਆ ਵਾਪਸ ਕਰਵਾਇਆ ਹੋ ਤਾਂ ਮੈਂ ਭਾਣਾ ਸਿੱਧੂ ਨਹੀਂ ਆਪਦੇ ਆਪ ਨੂੰ ਕਹਾਉਂਦਾ। ਅੱਜ ਤੀਕਰ ਦੂਸਰੀ ਗੱਲ ਆ ਜਿਹੜਾ ਬੰਦਾ ਇਹ ਗੱਲ ਬੋਲ ਰਿਹਾ ਮੈਂ ਸਾਰੇ ਗੱਲਾਂ ਜਵਾਬ ਦੇਊਂਗਾ ਅੱਜ ਜਿਹੜੇ ਬੰਦਾ ਕੋਈ ਕਿਉਂਕਿ ਟਿੱਪਣੀਆਂ ਤਾਂ ਜੇ ਮੈਂ ਲੱਖਾਂ ਪਾਈ ਕਹਿੰਦਾ ਜਾਂ ਸਾਡੇ ਕਹਿੰਦੇ ਮੈਂ ਕਿਹਾ ਜੇ ਆਪਣੇ ਵੀ ਕੋਈ ਕਮੀ ਨਹੀਂ ਹੈਗੀ ਸਾਲ ਆਪਾਂ ਜਵਾਬ ਦੇਣ 'ਚ ਆਪਾਂ ਨੂੰ ਕੀ ਹਰਜ ਹੈ। ਮੇਰੇ ਕੋਲ ਤੇ ਦੋ ਤਿੰਨ ਗੱਲਾਂ ਦਾ ਸਾਰਿਆਂ ਦਾ ਮੈਂ ਜਵਾਬ ਦਿੰਦਾ ਵਾਰੀ ਵਾਰੀ। ਸਭ ਤੋਂ ਪਹਿਲੀ ਤਾਂ ਗੱਲ ਇਹ ਬੰਦੇ ਨੇ ਕਹੀ ਆ ਇਹ ਆਨ ਏਅਰ ਚੈਨਲ ਆ ਤੁਹਾਨੂੰ ਪਤਾ ਇਹ ਆਨ ਏਅਰ ਚੈਨਲ ਤਾਂ ਸਾਡੇ ਮੇਰੇ ਤਾਂ ਪਤਾ ਨਹੀਂ ਕੀ ਬਹੁਤ ਖਿਲਾਫ ਚੱਲਦਾ। ਮੱਕੜ ਦਾ ਮੱਕੜ ਦੀ ਜਿਵੇਂ ਪਰਦੇ ਖੋਲਣ ਲੱਗ ਗਿਆ ਅਤੇ ਉਹਦੇ ਅੱਜ ਦੇਵਗਣ ਦੇ ਪਰਦੇ ਖੋਲਣ ਲੱਗ ਗਿਆ ਫਿਰ ਤਾਂ ਜਿਹੜੀ ਮੈਨੂੰ ਇਹਨਾਂ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਜਿਹੜੀ ਗੱਲ ਕਹੀ ਸੀਗੀ ਜਿਹੜੀ ਦੀਪ ਦੀ ਫਿਲਮ ਸੀ ਢੰਡਾਰੀ ਕਲਾਂ ਜਿਹੜੀ ਮੈਨੂੰ ਫੋਨ ਲਵਾਇਆ ਸੀਗਾ ਸਿੱਧੂ ਨੂੰ ਫੋਨ ਲਵਾਇਆ ਸੀਗਾ ਵੀ ਸਿੱਧੂ ਨੂੰ ਇਹ ਫਿਲਮ ਤੂੰ ਦੇ ਇਹ ਜਿਹੜੀ ਦੇਵਗਣ ਦੇ ਇਹਦੇ ਮੱਕੜ ਦਾ ਜਿਵੇਂ ਪਰਦਾ ਖੋਲਦਾ ਨਾ ਵੀ ਇਹ ਦੀਪ ਦੇ ਕਿੰਨਾ ਕੁ ਜਿਹੜੇ ਪੱਖ ਦੇ ਵਿੱਚ ਸੀਗੇ ਜਿਹੜੀ ਢੰਡਾਰੀ ਕਲਾਂ ਫਿਲਮ ਸੀਗੀ ਜਿਹੜੀ ਕਿ ਦੀਪ ਦੀ ਫਿਲਮ ਸੀਗੀ ਜਿਹੜੀ ਕਿ ਉਹ ਫਿਲਮ ਮੈਨੂੰ ਸਿੱਧੂ ਮੂਸੇਵਾਲਾ ਨਾਲ ਫੋਨ 'ਤੇ ਗੱਲ ਕਰਾਈ ਸੀ ਮੈਂ ਗੁਰੂ ਘਰ ਚੜ੍ਹਦਾ ਇਸ ਨੂੰ ਲੈ ਕੇ। ਬਾਕੀ ਜਿਹੜਾ ਬੰਦੇ ਦੀ ਇੰਟਰਵਿਊ ਆਨ ਏਅਰ ਚੈਨਲ ਮੇਰੇ ਖਿਲਾਫ ਕਰਵਾ ਰਿਹਾ ਇਹ ਬੰਦਾ ਕਹਿ ਰਿਹਾ ਇਹਦਾ ਮੈਂ ਵੈਸੇ ਮੈਂ ਚਾਹੁੰਦਾ ਨਹੀਂ ਸੀਗਾ ਵੀ ਹਰ ਇੱਕ ਬੰਦੇ ਦਾ ਗੱਲ ਦਾ ਜਵਾਬ ਦੇਵਾਂ। ਇਹ ਬੰਦਾ ਕਹਿ ਰਿਹਾ ਵੀ ਕਿਹੜੇ ਭਾਣੇ ਸਿੱਧੂ ਨੇ ਪੈਸੇ ਵਾਪਸ ਕਰਵਾਏ ਜਾਂ ਕੀ ਕਰ ਰਿਹਾ। ਇਹ ਕੱਲ੍ਹ ਨੂੰ ਆਹ ਡੈਰੀ ਭਰੀ ਪਈ ਇੱਕ ਤਾਂ ਆਹ ਡੈਰੀ ਭਰੀ ਪਈ ਹੈ ਦੂਜੀ ਡੈਰੀ ਆ ਸਟਾਰਟ ਕਰਤੀ ਦੂਜੀ ਆਹ ਡੈਰੀ ਸਟਾਰਟ ਕਰਤੀ ਆਹ ਦੋ ਡੈਰੀਆਂ ਨੇਗੀਆਂ ਆਹ ਡੈਰੀ ਸਟਾਰਟ ਕਰਤੀ ਇਹ ਲੋਕਾਂ ਦੇ ਸਾਰੇ ਇਹਦੇ ਡੈਰੀ ਦੇ ਵਿੱਚ ਚੱਕ ਕੇ ਜਿਹੜਾ ਮਰਜ਼ੀ ਬੰਦੇ ਦਾ ਫੋਨ ਲਾ ਲਏ ਜੇ ਪੈਸੇ ਨਾ ਵਾਪਸ ਕਰਵਾਏ ਹੁਣ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਫੋਨ ਚੱਕ ਕੇ ਨੰਬਰ ਲਾ ਲਏ। ਕੱਲ੍ਹ ਨੂੰ ਜਾਂ ਤਾਂ ਮੈਨੂੰ ਲੱਖਾ ਬਾਈ ਕਹਿੰਦਾ ਕਹਿੰਦਾ ਇਹਦੇ ਪਿੰਡ ਨਾ ਜਾਈ ਮੈਂ ਉਹ ਸਿਆਣਾ ਉਹਦੇ ਨਾਲ ਮੈਂ ਸਾਰੀ ਰਹਿ ਲੈਂਦਾ ਉਹਨਾਂ ਲੱਖੇ ਬਾਈ ਤੋਂ ਕਹਿੰਦਾ ਉਹਨੂੰ ਸਾਂਝੀ ਥਾਂ 'ਤੇ ਬੁਲਾ ਲੈ ਬੁਲਾ ਕੇ ਤੇ ਮੈਂ ਇਹਦੇ ਵਿੱਚੋਂ ਜੇ ਇਹਦੇ ਵਿੱਚੋਂ ਜਿਹੜਾ ਡੈਰੀ 'ਚ ਨੰਬਰ ਲਾਊਗਾ ਇਹਦੇ ਵਿੱਚ ਜੇ ਬੰਦੇ ਨੇ ਮੂਹਰੋਂ ਜਿਹੜਾ ਵੀ ਚੱਕ ਕੇ ਫੋਨ ਕਹੂਗਾ ਵੀ ਹਾਂ ਭਾਣੇ ਸਿੱਧੂ ਨੇ ਮੇਰੇ ਪੈਸੇ ਵਾਪਸ ਕਰਵਾਏ ਨੇ ਅਤੇ ਇਹਦੇ ਵਿੱਚੋਂ ਜਿੰਨੇ ਵੀ ਨੰਬਰ ਲਾਊਗਾ ਜਾਂ ਬੰਦੇ ਨੂੰ ਬੁਲਾ ਕੇ ਪੁੱਛੋ ਅਤੇ ਪਿੰਡ ਜਾ ਕੇ ਪੁੱਛੇ ਇਹਦੇ ਉਹਦੇ ਮੈਂ ਉਹ ਛਿੱਤਰ ਪਰੇਡ ਕਰਨੀ ਹੈ ਬੰਦੇ ਦੇ ਨਸ਼ੇੜੀ ਜਾਂ ਮੇਰੇ ਨਤੀਜੇ ਖਿਲਾਫ ਮੈਂ ਤੈਨੂੰ ਬੰਦੇ ਨੂੰ ਜਾਣਦਾ ਨਹੀਂ ਕੌਣ ਆ ਦਰਾਹਾ ਦਰੂਹਾ ਕੌਣ ਆ ਯਾਰ ਇਹ। ਮੈਂ ਕੱਲ੍ਹ ਨੂੰ ਜਿੱਥੇ ਵੀ ਤੇਰਾ ਨੰਬਰ ਲਾਇਆ ਸੀਗਾ ਮੈਂ ਇਹਦਾ ਨੰਬਰ ਵੀ ਦੁਬਾਰਾ ਵੀ ਫੋਨ 'ਚ ਵੀ ਟਰਾਈ ਕਰ ਲਾਂ। ਇੱਕ ਬੰਦਾ ਜਿਹੜਾ ਕਹਿ ਰਿਹਾ ਹੈ ਯਾਰ ਇਹ ਇੱਕ ਮਿੰਟ ਤੁਹਾਡਾ ਆਹ ਦੇਖ ਲਓ ਇਹਦੀ ਫੋਟੋ ਕਿ ਆਹ ਬੰਦੇ ਦਾ ਨੰਬਰ ਆ
ਆ ਇਹਦਾ ਮੈਂ ਨੰਬਰ ਟਰਾਈ ਕਰਤਾ, ਇਹਦਾ ਬੰਦਾ ਨੰਬਰ ਹੀ ਨਹੀਂ ਲੱਗ ਰਿਹਾ, ਜੇ ਹੁਣ ਵੀ ਫੋਨ ਚੱਕ ਲਏ ਯਾਰ ਬੰਦੇ ਨੂੰ। ਯਾਰ ਮੇਰਾ ਤਾਂ ਮਨ ਇੰਨਾ ਖਰਾਬ ਹੋਇਆ, ਮੇਰਾ ਮਨ ਇੰਨਾ ਭਰਿਆ ਪਿਆ ਸੀਗਾ ਵੀ ਯਾਰ ਇਹ ਲੋਕ ਕਿੱਦਾਂ ਦੇ ਨੇਗੇ ਯਾਰ। ਆਪਾਂ ਦਿਲੋਂ ਜਨੂੰਨ ਨਾਲ ਲੱਗੇ ਹੋਏ ਹਾਂ, ਹਰ ਇੱਕ ਬੰਦਾ ਕਹਿੰਦਾ ਵਿਊ ਲੈਣ ਦਾ ਮਾਰਾ, ਮੈਂ ਕਿੰਨਾ ਕੁ ਫੇਸਬੁੱਕ 'ਤੇ ਹੁਣ ਕਿੰਨੀਆਂ ਕੁ ਵੀਡੀਓ ਪਾਉਣਾ, ਮੈਂ ਜੇਲ੍ਹ ਆਏ ਤੋਂ ਬਾਅਦ ਮੈਂ ਯੂਟਿਊਬ 'ਤੇ ਕੰਮ ਕਰਨਾ ਛੱਡਤਾ ਯਾਰ। ਮੈਨੂੰ ਮੇਰੀ ਨਾ ਹੁਣ ਜਿਹੜੀ ਕਹੀ ਗੱਲ ਦਾ, ਚਲੋ ਗੁਰੂ ਮਹਾਰਾਜ ਨੇ ਇੰਨੀ ਤਾਕਤ ਬਖਸ਼ਿਆ, ਪ੍ਰੈਸ਼ਰ ਪੈਂਦਾ ਹਰ ਇੱਕ ਦਾ। ਮੈਨੂੰ ਲੱਗਦਾ ਵੀ ਜਿਹੜੇ ਬੰਦੇ ਪਹਿਲਾਂ ਮੇਰੀ ਫੋਨ 'ਤੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਉਹ ਬੈਕ ਕਾਲ ਕਰਦੇ ਨੇ ਮੈਨੂੰ ਵੀ ਹਾਂ ਇਹਦੀ ਜੇ ਗੱਲ ਨਹੀਂ ਸੁਣਾਂਗੇ ਇਹ ਬੰਦੇ 'ਚ ਹੁਣ ਕੁਛ ਨਾ ਕੁਛ, ਚਲੋ ਗੁਰੂ ਮਹਾਰਾਜ ਦੀ ਸ਼ਕਤੀ ਆ, ਲੋਕਾਂ ਦੀ ਸ਼ਕਤੀ ਆ ਵੀ ਦੇਖਣ ਨੂੰ ਮਿਲਦਾ। ਪਰ ਹਰ ਇੱਕ ਬੰਦਾ ਯਾਰ ਚੱਕ ਕੇ ਯਾਰ ਵੀ ਕਿਹੜੇ ਪੈਸੇ ਵਾਪਸ ਕਰਵਾਏ ਕਿਹੜੇ। ਮੈਂ ਕਹਿੰਦਾ ਵੀ ਦੱਸੋ ਕੱਲ੍ਹ ਨੂੰ ਹਰ ਹਾਲਤ ਦੇ ਵਿੱਚ ਮੈਂ ਇਹ ਬੰਦੇ ਦਾ ਨੰਬਰ, ਮੈਂ ਇਹਦੇ ਬੰਦੇ ਦੇ ਪਿੰਡ ਨਹੀਂ ਜਾਣਾ, ਜਿੱਥੇ ਵੀ ਇਹ ਬੰਦਾ ਕਹੂਗਾ ਬੰਦਾ, ਮੈਂ ਤਾਂ ਫੋਨ ਨੰਬਰ ਇਹਨੂੰ ਮੈਂ ਵਟਸਐਪ 'ਤੇ ਮੈਸੇਜ ਕਰਤਾ, ਭਾਣਾ ਸਿੱਧੂ ਲਿਖ ਕੇ ਆ ਇਹਦਾ ਨੰਬਰ ਆ, ਇਹ ਮੈਨੂੰ ਲਾਈਵ ਵੀ ਸ਼ਾਇਦ ਦੇਖੀ ਜਾਂਦਾ ਹੋਊ। ਬਾਕੀ ਆਉਣ ਵਾਲੇ ਚੈਨਲ ਦੇ ਫੁੱਦੂ ਜਾਣੂ ਇਹਨਾਂ ਨੂੰ ਬੇਨਤੀ ਹੈ, ਜਿੱਥੇ ਮਰਜ਼ੀ ਆ ਜਾਓ, ਤੁਹਾਡਾ ਮੈਂ ਕਿਹਾ ਸੀਗਾ ਵੀ ਤੁਸੀਂ ਬਕਾਊ ਹੋ, ਸਾਡੇ ਕਹਿਣ 'ਤੇ ਤੁਸੀਂ ਆਉਣ ਵਾਲੇ ਚੈਨਲ ਨੂੰ ਮੈਂ ਕਿਹਾ ਸੀਗਾ ਵੀ ਡਟ ਕੇ ਤੁਸੀਂ ਬਕਾਊ ਹੋ, ਤਾਂ ਤੁਸੀਂ ਚੈਨਲ ਬੰਦ ਕਰਿਆ ਸੀਗਾ, ਤਾਂ ਤੁਸੀਂ ਸਰਕਾਰ ਦੇ ਪਹਿਲਾਂ ਦੱਲੇ ਬਣ ਗਏ ਸੀਗੇ, ਤਾਂ ਕਿਹਾ ਸੀ ਪਹਿਲਾਂ ਭਾਣਾ ਸਿੱਧੂ ਆ ਜਿਹੜਾ ਸੰਗਰੂਰ ਦੇ ਵਿੱਚ ਸੀ ਐਮ ਦੀ ਕੋਠੀ ਦੇ ਮੂਹਰੇ ਠੋਕ ਕੇ ਗੱਲ ਕਹੀ ਸੀ ਵੀ ਆਹ ਚੈਨਲ ਨੌ ਲੈ ਕੇ ਕਿਹਾ ਸੀਗਾ ਵੀ ਆਹ ਚੈਨਲ ਬਕਾਊ ਨੇ, ਆਉਣ ਵਾਲੇ ਚੈਨਲ ਨੂੰ ਆ ਜਾਏ ਜਿੱਥੇ ਮਰਜ਼ੀ ਕੱਲ੍ਹ ਨੂੰ, ਇਹਨਾਂ ਦਾ ਕੱਲ੍ਹ ਨੂੰ ਸਾਰਿਆਂ ਦੇ ਕੱਢੂ, ਮੈਨੂੰ ਕਿਸੇ ਤੋਂ ਕੋਈ ਦਬਣ ਦੀ ਲੋੜ ਆ। ਗੁਰੂ ਮਹਾਰਾਜ ਨੇ ਤਾਕਤ ਬਖਸ਼ੀ ਆ, ਸਹੀ ਹੈ ਸਰਕਾਰਾਂ ਦੇ ਖਿਲਾਫ ਪਹਿਲਾਂ ਜਿਹੜੀ ਹਰ ਇੱਕ ਬੰਦਾ ਕਹਿੰਦਾ ਹੁਣ ਇਹ ਬੰਦਾ ਕਹੀ ਜਾਂਦਾ ਸਿੱਧੂ ਮੂਸੇਵਾਲੇ ਦੀ ਸਪੋਰਟ ਕਿਉਂ ਨਹੀਂ ਕਰੀ, ਸਿੱਧੂ ਮੂਸੇਵਾਲਾ ਭਰਾ ਸੀ ਰਹੂਗਾ, ਮੈਂ ਉਹਨੂੰ ਸਹੀ ਗੱਲ ਕਹੀ ਅੱਜ ਤੱਕ, ਕੋਈ ਬੰਦਾ ਮੂੰਹ 'ਤੇ ਠੋਕ ਕੇ ਗੱਲ ਕਹਿਣ ਦੀ ਜ਼ਰੂਰਤ ਨਹੀਂ ਰੱਖਦਾ। ਮੈਂ ਉਹਨੂੰ ਕਿਹਾ ਸੀਗਾ ਵੀ ਕਾਂਗਰਸ ਮੈਨੂੰ ਨਹੀਂ ਪਸੰਦ, ਮੈਂ ਨਹੀਂ ਕਾਂਗਰਸ ਨੂੰ ਪਸੰਦ ਕਰਦਾ ਜਿਹੜੇ ਸਾਡੇ ਸਾਰਾ ਗੁੱਟਾ ਆਤਾ, ਮੈਂ ਨਹੀਂ ਨੈਸ਼ਨਲ ਪਾਰਟੀ ਨੂੰ ਪਸੰਦ ਕਰਦਾ, ਮੈਂ ਦਿੱਲੀ ਦੀਆਂ ਪਾਰਟੀਆਂ ਨੂੰ ਨਹੀਂ ਪਸੰਦ ਕਰਦਾ, ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਦੀ ਨਹੀਂ ਸਪੋਰਟ ਕਰਦਾ, ਮੈਂ ਉਹਨਾਂ ਦੇ ਕਿਸੇ ਦੀ ਜਾ ਕੇ ਮੈਂ ਕਿਸੇ ਨਹੀਂ ਚੋਣਾਂ ਪਰ ਜਾਂਦਾ। ਮੈਂ ਸਿਮਰਜੀਤ ਮਾਨ ਦਾ ਠੋਕ ਕੇ ਚੋਣ ਪ੍ਰਚਾਰ ਕਰਕੇ ਆਇਆ ਸੀਗਾ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਬਾਰੇ, ਅਸੀਂ ਗਏ ਹਾਂ ਸੰਗਰੂਰ ਦੇ ਵਿੱਚ, ਆ ਸਰਤਾਂ ਨੂੰ ਮੈਂ ਮੈਸੇਜ ਰਣਜੋਤ ਜਾ ਓਏ ਦੁੱਕੀ ਦੇ ਬੰਦਿਆਂ ਤੂੰ ਮੇਰਾ ਮੈਸੇਜ ਦੇਖ ਕੇ ਤੂੰ ਮੈਨੂੰ ਫੋਨ ਕਰ, ਕੱਲ੍ਹ ਨੂੰ ਬੋਲ ਕਿੱਥੇ ਆਉਣਾ ਉੱਥੇ ਆਉਂ। ਹਰ ਇੱਕ ਬੰਦਾ ਐਵੇਂ ਲੱਗ ਜਾਂਦਾ ਚੱਕ ਯਾਰ ਜੇ ਕੰਮ ਕਰ ਰਿਹਾ, ਮੇਰਾ ਤਾਂ ਇਹੋ ਜਿਹਾ ਮਨ ਖਿਜਿਆ ਵੀ ਅੱਜ ਤੋਂ ਬਾਅਦ ਯਾਰ ਕਿਸੇ ਨੂੰ ਮਿਲਣਾ ਹੀ ਨਹੀਂ, ਕੰਮ ਹੀ ਨਹੀਂ ਕਰਨਾ ਜਿਹੜਾ ਕੁਛ ਹੋ ਰਿਹਾ। ਕਰੋੜਾਂ ਰੁਪਇਆ ਲੋਕਾਂ ਦਾ ਵਾਪਸ ਕਰਵਾਇਆ ਇਹ ਏਜੰਟਾਂ ਨੇ, ਕੀ ਕਰਿਆ ਬੰਦਾ ਪਲਾਂਟ ਕਰਤਾ। ਅੱਜ ਆਉਣ ਏਅਰ ਚੈਨਲ ਸਾਰੇ ਤੂੰ ਦੇਖ ਲਿਓ ਜਾ ਕੇ ਕਿਵੇਂ ਏਜੰਟਾਂ ਦੀ ਪ੍ਰਮੋਸ਼ਨ ਕਰਦਾ ਹੈ। ਆਹ ਦੇਖੋ ਜੀ ਇਹਦਾ ਵੀਜ਼ਾ ਲਾਤਾ, ਇਹਦਾ ਵੀਜ਼ਾ ਲਾਤਾ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਤਾ। ਮੇਰੀ ਇਕੱਲੀ ਅੱਜ ਦਾ ਥੋੜੂ ਮੈਂ ਬੋਲਣ ਲੱਗਿਆ ਹੋਇਆ, ਇਕੱਲੇ ਏਜੰਟਾਂ ਵਾਲਾ ਮੁੱਦਾ ਥੋੜੂ, ਅਸੀਂ ਪੰਜਾਬ ਦਾ ਜਿਹੜਾ ਮੁੱਦਾ ਹਰ ਇੱਕ ਮੁੱਦੇ 'ਤੇ ਬੋਲ ਰਹੇ ਹਾਂ, ਗੱਲ ਕਰ ਰਹੇ ਹਾਂ। ਐਵੇਂ ਯਾਰ ਚੱਕ ਕੇ ਯਾਰ ਬਕਵਾਸ ਮਾਰੀ ਜਾਣਾ ਯਾਰ, ਅਤੇ ਇਹ ਬੰਦੇ ਨੂੰ ਨਾ ਜਿਹੜਾ ਬੰਦਾ ਇਹ ਏਜੰਟਾਂ ਨੇ ਸੱਦਿਆ, ਮੈਂ ਕੱਲ੍ਹ ਨੂੰ ਪਰੂਫ ਕਰੂੰਗਾ। ਇਹ ਕਹਿੰਦਾ ਪਰੂਫ ਕਰੋ, ਮੈਂ ਕਰੂੰਗਾ ਪਰੂਫ ਕੱਲ੍ਹ ਨੂੰ ਵੀ ਆਹ ਚੱਕ ਡੈਰੀਆਂ ਇਹਦੇ ਵਿੱਚ ਚੱਕ ਕੇ ਨੰਬਰ ਲਾਓ ਜਿਹੜਾ ਤਾਂ ਲਾਉਣਾ, ਆਹ ਕਰ ਤੂੰ ਜੇ ਕਹਿਣਾ ਵੀ ਇਹਨਾਂ ਦੇ ਵਿੱਚ ਸਾਰੇ ਦੇ ਲੋਕਾਂ ਨੇ ਜਿਹਨੇ ਪੈਸੇ ਵਾਪਸ ਕਰਵਾਏ ਹਨ। ਇੱਕ ਗੱਲ ਸੁਣ ਲਿਓ ਧਿਆਨ ਨਾਲ, ਜਿੰਨੇ ਵੀ ਤੁਸੀਂ ਇਹ ਕੋਈ ਕਹਿੰਦਾ ਜੀ ਇਹ ਗੱਡੀਆਂ 'ਚ ਤੇਲ ਕਿੱਥੋਂ ਪਾਉਂਦੇ ਨੇ ਜੀ, ਕੋਈ ਕਹਿੰਦਾ ਕਾਰਾਂ 'ਚ ਤੇਲ ਕਿੱਥੋਂ ਪਾਉਂਦੇ ਨੇ, ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਸੁਣਦੇ ਹੋ ਜਾਂ ਅੱਜ ਤੱਕ ਕਿਸੇ ਤੋਂ ਪੈਸਾ ਲੈਤਾ ਹੋਵੇ ਜਾਂ ਕਿਸੇ ਤੋਂ ਖਾਧਾ ਹੋਵੇ, ਕੋਈ ਉਹ ਬੰਦਾ ਆ ਕੇ ਬੰਦੇ ਸਾਹਮਣੇ ਵੀਡੀਓ ਪਾ ਦੇ ਆ ਵੀ ਇੰਨੇ ਭਾਣੇ ਤੋਂ ਇੱਥੋਂ ਪੈਸਾ ਲੈਤਾ, ਆ ਏਜੰਟ ਤੋਂ ਪੈਸਾ ਲੈਤਾ, ਜਾਂ ਜਿਹਤੋਂ ਪੈਸੇ ਮੰਗਵਾਏ ਨੇ ਜਾਂ ਉਹ ਤੋਂ ਪੈਸਾ ਲੈਤਾ, ਜਾਂ ਕਿਸੇ ਹੋਰ ਕੰਮ ਦੇ ਵਿੱਚ ਜਾਂ ਕਿਸੇ ਹੋਰ ਕੰਮ ਦੇ ਵਿੱਚ ਪੈਸਾ ਲੈਤਾ ਹੋਇਆ, ਮੈਂ ਕੱਲ੍ਹ ਨੂੰ ਮੇਰਾ ਸਾਰਾ ਦਿਨ ਮੈਂ ਇਸ ਕੰਮ ਦੇ ਲਈ ਹਾਂ, ਇਸ ਤੋਂ ਬਾਅਦ ਨਹੀਂ ਮੈਂ ਰੋਜ਼ ਇਹ ਕਰ ਸਕਦਾ, ਕੱਲ੍ਹ ਨੂੰ ਮੈਂ ਸਾਰਾ ਦਿਨ ਮੈਂ ਹੋਰ ਕੋਈ ਕੰਮ ਨਹੀਂ ਕਰਦਾ, ਮੇਰਾ ਦਿਮਾਗ ਬਹੁਤ ਖਰਾਬ ਹੋਇਆ ਪਿਆ। ਜਦੋਂ ਮੇਰਾ ਦਿਮਾਗ ਖਰਾਬ ਹੋ ਜਾਣੀ ਤਾਂ ਪਹਿਲਾਂ ਮੈਂ ਗਾਲਾਂ ਕੱਢਣ ਲੱਗ ਜਾ ਕਈ ਵਾਰੀ, ਕਿਉਂਕਿ ਮੈਂ ਜਜ਼ਬਾਤੀ ਜਿਹਾ ਟਾਈਪ ਦਾ ਬੰਦਾ, ਮੈਥੋਂ ਆਪਣੇ ਆਪ 'ਤੇ ਕੰਟਰੋਲ ਨਹੀਂ ਰੱਖਿਆ ਜਾਂਦਾ। ਕੱਲ੍ਹ ਨੂੰ ਮੈਂ ਸਾਰਾ ਦਿਨ ਪਹਿਲਾਂ ਤਾਂ ਮੈਂ ਇਹ ਬੰਦੇ ਦੀ ਵੇਟ ਕਰਦਾ ਵੀ ਇਹ ਬੰਦੇ ਦਾ ਮੈਨੂੰ ਫੋਨ ਆਉਂਦਾ, ਇਹ ਬੰਦੇ ਨੂੰ ਮੈਂ ਮੈਸੇਜ ਕਰਤਾ ਵੀ ਇਹ ਬੰਦੇ ਦਾ ਮੈਨੂੰ ਫੋਨ ਆਉਂਦਾ ਵੀ ਕੱਲ੍ਹ ਨੂੰ ਉਹਨੂੰ ਕਿੱਥੇ ਮਿਲਣਾ। ਅਗਲੀ ਗੱਲ ਜਿਹਨਾਂ ਵੀ ਕਿਸੇ ਦੀ ਕੋਈ ਸ਼ੱਕ ਆ, ਮੈਂ ਕੱਲ੍ਹ ਨੂੰ ਸਾਰਾ ਦਿਨ ਮਿਲਣਾ ਮੈਂ ਘਰੇ ਹੋਊਂਗਾ, ਘਰੇ ਹੋਊਂਗਾ, ਜਾਂ ਇਹਨੂੰ ਬੰਦੇ ਨੂੰ ਇੱਥੇ ਮੈਂ ਮਰੇਲਕੋਟ ਲੈ ਜਾਊਂਗਾ, ਅਤੇ ਮੈਨੂੰ ਲੱਗਦਾ ਵੀ ਇਹਦੇ ਪਿੰਡ ਜਾਊਂਗਾ, ਕਈ ਵਾਰੀ ਪਿੰਡ ਦਾ, ਕਈ ਵਾਰੀ ਕਿ ਜੋ ਹੋ ਸਕਦਾ ਵੀ ਮੈਂ ਤਾਂ ਕੱਲ੍ਹ ਨੂੰ ਪਿੰਡ ਵੀ ਚਲਾ ਜਾਵਾਂ ਦਰਾਹੇ। ਮੈਨੂੰ ਲੱਖੇ ਬਾਈ ਨੇ ਮਨਾ ਕਰਿਆ ਵੀ ਕਹਿੰਦਾ ਯਾਰ ਤੂੰ ਪਿੰਡ ਪੁੰਡ ਨਾ ਜਾਈ, ਕਹਿੰਦਾ ਇਹਨੂੰ ਬੁਲਾ ਕੇ ਇਹਨੂੰ ਸਾਂਝੀ ਥਾਂ 'ਤੇ ਨਾ, ਕਹਿੰਦਾ ਫਿਰ ਇਹਨੂੰ ਉੱਥੇ ਲੈ, ਇਹਨੂੰ ਇਹਦੇ ਨਾਲ ਸਮਾਰਕ ਇਹਦੇ ਨਾਲ ਕਰ ਇਹਦੀ ਕੁੱਤੇ ਖਾਣੀ। ਯਾਰ ਲੱਗਿਆ ਪਿਆ ਰਹੇ ਵੀ ਯਾਰ ਪੈਸੇ ਵਾਪਸ ਕਰਾ ਤੇ ਤੁਹਾਨੂੰ ਮੈਂ ਦੁਬਾਰੇ ਫਿਰ ਦਿਖਾ ਦਿੰਦਾ ਪੰਜਾਬੀ ਵੀਡੀਓ ਨੂੰ, ਹੁਣ ਫੇਮਸ ਮਾਰਕ ਹੀ ਕਰ ਦਿੰਦਾ। ਇਹ ਤਾਂ 2000 ਬੰਦਾ ਇਹਨੂੰ ਫੋਲੋ ਕਰਦਾ, ਮੈਨੂੰ 1.1 ਮਿਲੀਅਨ, ਮੈਨੂੰ 1.1 ਮਿਲੀਅਨ ਬੰਦਾ ਫੋਲੋ ਕਰਦਾ ਫੇਸਬੁੱਕ 'ਤੇ। ਇਹਨੂੰ ਤਾਂ ਮੈਂ ਦੇਖਿਆ, ਇਹਨੂੰ ਤਾਂ ਦੁੱਕੀ ਦੇ ਬੰਦੇ ਨੂੰ ਫੋਲੋ ਹੀ 3000 ਬੰਦਾ ਕਰਦਾ। ਇਹ ਲੋਕਾਂ ਦਾ ਪਿਆਰ ਆ, ਇਹ ਕੋਈ ਅੱਜ ਦੇ ਨਹੀਂ ਲੱਗੇ ਹੋਏ ਅਸੀਂ ਭਰਾਵਾ, ਇਹ ਕੋਈ ਅੱਜ ਦਾ ਨਹੀਂ, ਐਵੇਂ ਹੀ ਨਵਾਂ ਬਣ ਗਿਆ। ਦੀਪ ਬਾਈ ਦੀ ਗੱਲ ਕਰੀਏ, ਦੀਪ ਬਾਈ ਨਾਲ ਦਿਲੋਂ ਪਿਆਰ ਰਿਹਾ। ਦੀਪ ਬਾਈ ਨੇ ਸਭ ਤੋਂ ਪਹਿਲਾਂ ਮੈਂ ਅੱਜ ਕਹਿਣਾ ਗੁਰਪ੍ਰੀਤ
ਦੱਸੋ ਕੋਈ ਬੰਦਾ ਜਿੰਨੇ ਆਮ ਆਦਮੀ ਪਾਰਟੀ ਨੇ ਵਾਅਦੇ ਕਰੇ ਨੇ ਜਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੇ ਨੇ ਕਾਂਗਰਸ ਦੇ ਜਿਹੜੇ ਲੀਡਰਾਂ ਨੇ ਵੋਟਾਂ ਵੇਲੇ ਵਾਅਦਾ ਕੀਤੇ ਨੇ ਜਾਂ ਬਾਦਲਾਂ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਉੱਤਰ ਜਾਂਦੇ ਨੇ ਉਹਨਾਂ 'ਤੇ ਨਹੀਂ ਉੱਤਰਦੇ। ਮੈਂ ਉਸ ਚੀਜ਼ ਦਾ ਸਾਡਾ ਵਿਰੋਧ ਹੈ ਵੀ ਜਦੋਂ ਉਹਨਾਂ ਲੋਕਾਂ ਨੂੰ ਝੂਠ ਨਾ ਬੋਲੋ, ਅਸੀਂ ਹਰ ਇੱਕ ਉਹਨਾਂ ਪਾਰਟੀਆਂ ਦਾ ਵਿਰੋਧ ਕਰਦੇ ਆਏ ਹਾਂ, ਕਰਦੇ ਰਹੇ ਹਾਂ, ਉਹਨਾਂ ਦਾ ਕਰੀ ਜਾਂਦੇ ਹਾਂ। ਦੱਸੋ ਫਿਰ ਵੀ ਸਾਲਿਓ ਤੁਹਾਨੂੰ ਇਸ ਚੀਜ਼ ਦੀ ਪਰਖ ਨਹੀਂ ਆਉਂਦੀ ਸਾਲਿਓ, ਉਹ ਤੁਸੀਂ ਆ ਜਿਹੜੇ ਕਿਸੇ ਪਾਰਟੀਆਂ ਦੇ ਵਿੱਚ ਦੋ ਵੇਲੇ ਤੂੰ 50,000 ਦੀ ਮਾਰ ਆ। ਮੈਂ ਕਹਿੰਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਮੇਰੇ ਤੋਂ ਸਾਬਤ ਕਰਕੇ ਦਿਖਾਓ ਕੋਈ, ਤੂੰ ਲੈ ਕੇ ਇਹਨਾਂ ਤੋਂ ਏਜੰਟਾਂ ਤੋਂ ਪੈਸੇ ਬਹਿ ਗਿਆ ਮੇਰੇ ਦੇ ਖਿਲਾਫ ਬੋਲਣ। ਚਲੋ ਜੀ, ਕੋਈ ਵੀ ਏਜੰਟ, ਕੋਈ ਵੀ ਬੰਦਾ ਜਾਂ ਕੋਈ ਇਦੂ ਪਹਿਲਾਂ ਏਜੰਟ ਵਾਲੇ ਕੰਮ ਤੋਂ ਪਹਿਲਾਂ ਕੋਈ ਬੰਦਾ ਪੈਸਾ ਲਿੱਤਾ ਕੋਈ ਸਾਬਤ ਕਰ ਦੇ, ਭਾਣਾ ਸਿੱਧੂ ਉਸ ਟਾਈਮ ਹੀ ਆਪਦਾ ਮੂੰਹ ਕਾਲਾ ਕਰਾ ਲਊ। ਕੱਲ੍ਹ ਨੂੰ ਸਾਬਤ ਹੈ ਮੇਰੀ ਇਸ ਗੱਲ ਦਾ, ਚੈਲੰਜ ਕਰਦਾ ਮੈਂ, ਆਓ ਬੈਠੋ ਮੇਰੇ ਅੱਖਾਂ 'ਚ ਅੱਖ ਪਾ ਕੇ ਗੱਲ ਕਰੋ। ਐਵੇਂ ਯਾਰ ਲੱਗੇ ਪਏ ਹੋ ਯਾਰ, ਕੋਈ ਗੱਲ ਹੈ? ਤੁਸੀਂ ਲੋਕਾਂ ਦਾ ਕੋਈ ਕੰਮ ਹੋ ਰਿਹਾ, ਲੋਕਾਂ ਦਾ ਭਲਾ ਹੋ ਰਿਹਾ, ਇਹ ਏਜੰਟਾਂ ਨੇ ਬੰਦਾ ਪਲਾਂਟ ਕਰਤਾ ਵੀ ਆ ਜਾਓ, ਆ ਜਾਓ ਜੀ। ਤੁਹਾਨੂੰ ਦੁਬਾਰਾ ਫਿਰ ਵੀਡੀਓ ਦਿਖਾ ਦਾ, ਮੈਂ ਬਹੁਤ ਆਪਣੇ ਆਪ 'ਤੇ ਕੰਟਰੋਲ ਕਰਿਆ ਵੀ ਇਹਦਾ ਜਵਾਬ ਨਹੀਂ ਦੇਣਾ, ਜਵਾਬ ਨਹੀਂ ਦੇਣਾ, ਪਰ ਮੈਥੋਂ ਨਹੀਂ ਰਿਹਾ ਗਿਆ ਵੀ ਮੈਂ ਜਵਾਬ ਦਿਊਂਗਾ ਯਾਰ। ਜਦੋਂ ਇਹ ਕੋਈ ਗੱਲ ਹੈ, ਕੋਈ ਇਹਨੂੰ ਕਹਿੰਦਾ ਕੋਈ ਨਹੀਂ ਬੰਦਾ ਜਾਣਦਾ, ਅਤੇ ਆਹ ਬੰਦਾ ਦੁਬਾਰਾ ਫਿਰ ਮੈਂ ਤੁਹਾਨੂੰ ਦਿਖਾ ਦਾ, ਮੇਰੇ ਜਿਹੜੇ ਬੇਲੀਆਂ ਨੇ ਭੇਜਿਆ ਕਹਿੰਦਾ ਇਗਨੋਰ ਕਰ ਯਾਰ ਇਹਨੂੰ, ਕੀ ਬੋਲਣਾ ਇਹਦੇ ਬਾਰੇ। ਆਹ ਬੰਦਾ ਜੇਕਰ ਆਨ ਏਅਰ ਚੈਨਲ ਹੈ, ਹੁਣ ਇਹਦਾ ਵਿਊ ਵਿੱਚ ਇੱਕ ਮੈਂ ਥੱਲੇ ਵੀ ਕਮੈਂਟ ਕਰਦਾ, ਥੱਲੇ ਹੀ ਮੈਸੇਜ ਕਰਤਾ ਇਹਦੇ। ਮੈਂ ਤੋਰਿਆ, ਅਗਲਾ ਗਿਆ ਬਾਗ ਜੀ, ਮੈਂ ਕਿਸੇ ਨੂੰ ਰੋਕਦਾ? ਅਗਲਾ ਤਾਂ ਉਹਦੇ ਸਕੇ ਪਿਓ ਨੂੰ ਨਹੀਂ ਰੋਕ ਸਕਦਾ ਅੱਜ ਕੱਲ੍ਹ। ਮੈਂ ਗੱਲ ਕਹਿਣਾ ਯਾਰ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਵਿੰਦਰ ਸਿੰਘ ਬੈਨੀਪਾਲ। ਲੱਖਾਂ ਸਿਧਾਣਾ ਚਾਹੇ ਭਾਣਾ ਸਿੱਧੂ ਦੀ ਗੱਲ, ਮੈਂ ਉਹਨੂੰ ਪਹਿਲਾਂ ਵਾਲੀ ਗੱਲ ਕਰਾਂ, ਲੱਖਾਂ ਫਾਲੋਅਰ ਨੇ ਤੇ ਇਹ ਦੋਨੋਂ ਹੀ ਰੋਜ਼ਾਨਾ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਨੇ। ਭਾਣਾ ਸਿੱਧੂ ਦੀ ਜੇਕਰ ਗੱਲ ਕਰ ਲਈਏ ਤਾਂ ਭਾਣਾ ਸਿੱਧੂ ਇਨੀ ਦਿਨੀ ਲਗਾਤਾਰ ਸਾਡੇ ਬੰਦੇ ਖੜੇ, ਮੈਨੂੰ ਪਿੱਛੇ ਕਹਿ ਰਹੇ ਨੇ ਥੋੜਾ ਜਿਹਾ ਹੋਣੀ ਰਹਿ ਠੰਡ। ਏਜੰਟਾਂ ਨੇ ਜਿਹੜੇ ਨੌਜਵਾਨਾਂ ਦੇ ਪੈਸੇ ਹੜੱਪੇ ਸੀ ਜਾਂ ਧੋਖੇ ਨਾਲ ਖਾਧੇ ਸੀ, ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਭਾਣਾ ਸਿੱਧੂ ਕਰ ਰਿਹਾ। ਪਰ ਰਣਜੋਤ ਸਿੰਘ ਦੁਰਾਹਾ ਨੂੰ ਭਾਣੇ ਦੀ ਇਸ ਐਕਟੀਵਿਟੀ ਤੇ ਖਾਸਾ ਇਤਰਾਜ਼ ਹੈ। ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਰਣਜੋਤ ਦੁਰਾਹਾ। ਰਣਜੋਤ ਜੀ, ਤੁਹਾਨੂੰ ਕੀ ਇਤਰਾਜ਼ ਹੈ ਜੇ ਭਾਣਾ ਸਿੱਧੂ ਬੱਚਿਆਂ ਦੇ ਜਾਂ ਨੌਜਵਾਨਾਂ ਦੇ ਮਰੇ ਹੋਏ ਪੈਸੇ ਵਾਪਸ ਕਰਵਾ ਦਿੰਦਾ ਏਜੰਟਾਂ ਤੋਂ? ਪਹਿਲਾਂ ਤਾਂ ਭਾਜੀ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ, ਗੱਲ ਇਸ ਤਰ੍ਹਾਂ ਵਾ ਕਿ ਦੇਖੋ, ਮੈਂ ਸ਼ੁਰੂ ਤੋਂ ਗੱਲ ਦੱਸਦਾ ਤੁਹਾਨੂੰ। ਦੇਖੋ, ਇਹਨਾਂ ਦੀ ਕਾਫੀ ਦੇਰ ਤੋਂ ਵੀਡੀਓ ਆਉਂਦੇ ਸੀ, ਸਾਨੂੰ ਕੋਈ ਪ੍ਰੋਬਲਮ ਨਹੀਂ ਹੋਈ। ਚਲੋ, ਪਾਈ ਜਾਂਦੇ ਸੀ ਜਿਵੇਂ ਵੀ ਹੈਗਾ, ਅਸੀਂ ਪਾਈ ਜਾਂਦੇ ਸੀ ਇਹ ਵੀਡੀਓ, ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ, ਸਮਝਦੇ ਹੁੰਦੇ ਲੋਕਾਂ ਨੂੰ, ਪਰ ਲੋਕੀ ਹੈ ਨਹੀਂ ਬੇਵਕੂਫ, ਹਰ ਬੰਦਾ ਜੀ ਸੋਸ਼ਲ ਮੀਡੀਆ ਤੇ ਜੁੜਿਆ ਹੋਇਆ ਜੀ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਭਾਜੀ, ਭਾਣੇ ਦੀ ਮੈਂ ਬਾਅਦ ਗੱਲ ਕਰਦਾ ਕਿ ਮੈਂ ਭਾਣੇ ਦੇ ਕਿਉਂ ਮੈਂ ਵੀਡੀਓ ਪਾਈਆਂ, ਦੋ ਤਿੰਨ ਜਿਹੜੀਆਂ ਪਾਈਆਂ, ਕਿਉਂ ਪਾਈਆਂ, ਤੈਨੂੰ ਕਿਉਂ ਮੈਂ ਚੈਲੰਜ ਦੇ ਰਿਹਾ ਵਾ। ਦੇਖੋ, ਇਹਨਾਂ ਨੇ ਵੀਡੀਓ ਪਾਈ ਆ, ਰਾਜ ਸਿੰਘ ਖਾਲਸਾ ਨੇ 7 ਜਾਂ 8 ਦਿਨ ਪਹਿਲਾਂ ਇੱਕ ਵੀਡੀਓ ਪਾਈ। ਉਸ ਵਿੱਚ ਨਾ ਦੋ ਤਿੰਨ ਚੀਜ਼ਾਂ ਉਹਨੇ ਅਜਿਹੀਆਂ ਕਹੀਆਂ ਕਿ ਮੈਨੂੰ ਗੁੱਸਾ ਬਹੁਤ ਲੱਗਿਆ। ਮੈਂ ਕਿਹਾ ਯਾਰ, ਇਹ ਕੀ ਕਰੀ ਜਾਂਦੇ ਨੇ? ਇੱਕ ਹੋਰ ਲੱਗਿਆ ਪਿਆ ਯਾਰ, ਇੱਕ ਲਾਲੀ ਪਤਾ ਨਹੀਂ ਕਿਹੜਾ ਮੈਨੂੰ ਵੀਡੀਓ ਭੇਜੀ, ਲਾਲੀ ਤਰਨ ਤਰਨ ਵਾਲਾ ਯਾਰ। ਤੁਸੀਂ, ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਵੈਸੇ ਮੇਰੇ ਲੈਵਲ ਦੇ ਬੰਦੇ ਦਾ ਹੈ ਨਹੀਂ। ਚਲੋ, ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਜੋਸ਼ ਬਖਸ਼ਿਆ ਕਿ ਬੰਦਾ ਰੋਜ਼ ਹੀ ਘਰੇ ਮਿਲਣ ਵਾਲੇ, 50 ਤੋਂ 100 ਬੰਦਾ ਰੋਜ਼ ਹੀ ਘਰੇ ਮਿਲਣਾ, ਰੋਜ਼ ਮਿਲਣ ਵਾਲਾ, ਇੱਦਾਂ ਆਉਂਦੇ ਰਹਿੰਦੇ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀਰੋ, ਜੇ ਕੋਈ ਮੈਂ ਚੰਗਾ ਕੰਮ ਕਰਦਾ ਤਾਂ ਕਰ ਲੈਣ ਦਿਓ, ਨਹੀਂ ਹੈਂਡ ਤਾਂ ਮੈਂ ਜਾਣਦਾ ਵੀ ਨਹੀਂ ਯਾਰ। ਮੈਂ ਤਾਂ ਅੱਜ ਪਹਿਲੀ ਵਾਰ ਵੀਡੀਓ ਦੇਖੀ ਆ, ਮੈਂ ਜਾਣਦਾ ਵੀ ਨਹੀਂ, ਮੈਂ ਤਾਂ ਪਹਿਲੀ ਵਾਰ ਅੱਜ ਮੈਨੂੰ ਸਾਰੀਆਂ ਮੈਂ ਦੇਖਿਆ ਉਹਦੀ ਵੀਡੀਓ ਹਜੇ ਵੀ ਪਈ ਆ। ਤੇ ਮੈਂ ਕਿਹਾ ਤੁਸੀਂ ਫਿਰ ਪਹਿਲਾਂ ਇੱਕ ਗੱਲ ਦੱਸੋ, ਬਾਰ ਬਾਰ ਆਪਣੀ ਵੀਡੀਓ ਤੁਸੀਂ ਸਾਰੇ ਹੀ ਜਾਣੇ ਦੀਪ ਬਾਈ ਦਾ ਬਹੁਤ ਨਾਮ ਲੈਂਦੇ ਹੋ, ਜਿਹੜੇ ਦੀਪ ਬਾਈ ਤੁਹਾਡੇ ਨਾਲ ਜੁੜਨਾ ਆਏ ਸੀ, ਤੁਸੀਂ ਕਿਉਂ ਨਹੀਂ ਜੁੜੇ? ਇਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਜੀ। ਫਿਰ ਮੈਂ ਦੂਜੀ ਗੱਲ ਕੀਤੀ, ਜਿਹਨੂੰ ਸਵਾਲ ਕੀਤਾ ਤੁਸੀਂ ਰਾਜ ਸਿੰਘ, ਅਸੀਂ ਯਾਰ ਜੁੜਨ ਨੂੰ, ਅਸੀਂ ਜੀ ਮੈਂ ਕੀ ਮੁੱਖ ਮੰਤਰੀ ਆ? ਤੁਸੀਂ ਮੇਰੀ ਗੱਲ ਕਰੋ, ਮੈਂ ਕੀ ਆ? ਮੈਂ ਤੇ ਮੇਰੀ ਕੋਈ ਬਾਹਲੀ ਤਕੜੀ ਪਾਰਟੀ ਆ? ਐਵੇਂ ਸਾਲਾ ਦੋਗਲਾ ਬੰਦਾ ਭੈਣਦਾ ਨੀ, ਬੇਵਕੂਫ ਬੰਦਾ ਯਾਰ, ਚੰਗੀਆਂ ਨੀ ਗੱਲਾਂ ਹੈਗੀਆਂ। ਮੈਂ ਨਹੀਂ ਜਾਂਦਾ ਕਾਂਗਰਸ ਦੀ ਸਪੋਰਟ ਤੇਰੇ ਵਾਂਗੂ ਦੋਗਲਾ ਨਹੀਂ ਕਰਦਾ ਮੈਂ ਵੀ। ਉਹ ਸਾਲੇ ਹੋਏ ਵੀ ਬਕਵਾਸ ਗੱਲਾਂ ਮਾਰੀਆਂ ਇਹਨਾਂ ਨੇ, ਕਾਂਗਰਸ ਕਾਂਗਰਸ ਕਰੀ ਜਾਂਦੇ ਇਹਨਾਂ ਨੇ, ਕਾਂਗਰਸ ਦਾ ਹੋਊਗਾ ਸਿਆਸਤ ਲੱਗੇ ਹੋਏ ਕਿ ਜਿਹੜਾ ਯੂਥ ਦੀਪ ਬਾਈ ਨਾਲ ਅੱਜ ਵੀ ਦੀਪ ਬਾਈ ਨਾਲ ਜੁੜਿਆ ਹੋਇਆ, ਲੱਖੇ ਸਾਲੇ ਦਾ ਵੀ ਉਹਨਾਂ ਯੂਥ ਹੈ ਨੀ ਗਾ ਅੱਜ।
ਜਿੱਦਾਂ ਸਿੱਧੂ ਮੂਸੇ ਵਾਲੇ ਵੀਰ ਦਾ ਯੂਥ ਆ, ਇਹ ਚਾਹੁੰਦੇ ਨੇ ਕਿ ਸਾਡੇ ਨਾਲ ਜੁੜ ਜਾਵੇ ਯੂਥ। ਅਸੀਂ ਵੀ ਕਹਿਣਾ ਨਾ ਜੁੜਨਾ, ਵੀ ਕਹੂੰਗਾ ਕਿ ਆਪਣੇ ਲੋਕ ਬੋਲਣਾ ਸਟਾਰਟ ਕਰੋ, ਕਿਸੇ ਦੇ ਮਗਰ ਲੱਗਣ ਨਾਲੋਂ। ਇਹ ਕੀ ਆ ਜੀ, ਇਹਦੇ ਮਗਰ ਲੱਗ ਗਏ ਲੋਕਾਂ ਨੂੰ, ਨੌਜਵਾਨਾਂ ਨੂੰ ਕਿ ਨਹੀਂ ਬੋਲ ਕੀ ਕਹਿਣਾ ਕਹਿ ਰਹੇ ਹੋਗੇ ਸਾਡੇ ਮਗਰ ਲੱਗੋ, ਕਿਉਂ ਲੱਗੋ ਯਾਰ ਮਗਰ ਤੁਹਾਡੇ? ਕੀ ਹੈ ਜੇ ਤੁਹਾਡੇ ਤੇ ਪੰਜਾਬ ਲਈ ਜਿਹੜਾ ਕਿਸੇ ਹੋਰ ਤੋਂ ਨਹੀਂ ਹੈਗਾ, ਜਾਂ ਕੋਈ ਹੋਰ ਯੂਥ ਨਹੀਂ ਬੋਲ ਸਕਦਾ, ਜਿਹੜਾ ਬੱਚਾ ਅੱਜ ਤੱਕ ਰਾਜ ਖਾਲਸਾ ਦੇ ਪਿਆ ਵਾ। ਮੈਂ ਕੱਲ ਕਹਿਣਾ ਚਾਹੁੰਦਾ ਵੀ ਤੇਰੇ ਮਗਰ, ਤੂੰ ਕਹਿਣਾ ਵੀ ਤੇਰੇ ਮਗਰ, ਮੈਂ ਤਾਂ ਕਿਸੇ ਨੂੰ ਘਰੇ ਬੁਲਾਉਂਦਾ ਨਹੀਂ। ਤੂੰ ਕਹਿਣਾ ਵੀ ਤੇਰੇ ਮਗਰ, ਤੇਰੇ ਦੁੱਖੀ ਦੇ ਬੰਦਾ ਤੇਰੇ ਮਗਰ, ਤੇਰੇ ਘਰੇ ਕੋਈ ਨਹੀਂ ਆਉਂਦਾ। ਮੈਂ ਤਾਂ ਕਿਸੇ ਨੂੰ ਘਰੇ ਬੁਲਾਉਂਦਾ ਨਹੀਂ, ਲੋਕਾਂ ਦੇ ਕੰਮ ਹੁੰਦੇ ਨੇ, ਲੋਕਾਂ ਦਾ ਭਲਾ ਹੁੰਦਾ। ਤੂੰ ਸਵੇਰੇ ਮੇਰੇ ਕੋਲ ਘਰੇ ਆ ਕੇ ਬੈਠ ਜੀ, ਤੂੰ ਐਂ ਦੇਖ ਲਈ ਵੀ ਸਵੇਰੇ ਵੀ ਬੰਦਿਆਂ ਨੂੰ ਚਾਹ ਪਾਣੀ ਫੜਾਉਣਾ ਹੀ ਮੁਸ਼ਕਲ ਹੋ ਜਾਂਦਾ, ਠੀਕ ਹੈ? ਉਸ ਬੁੱਧਵਾਰ ਨੂੰ ਅਸੀਂ ਚਾਹ ਦਾ ਪ੍ਰਬੰਧ ਨਹੀਂ ਕਰ ਸਕੇ, ਇੰਨੇ ਬੰਦੇ ਸੀਗੇ ਘਰੇ, ਠੀਕ ਹੈ? ਹੈਂ, ਤੇਰਾ ਸਾਲਾ ਘਰ ਨਹੀਂ ਪਤਾ, ਦੁੱਖੀ ਦਿਆ ਬੰਦਾ ਤੇਰਾ ਘਰ ਕਿੱਥੇ ਹੈ, ਤੇਰਾ ਘਰ ਨਹੀਂ ਪਤਾ। ਭਾਵੇਂ ਸਿੱਧੂ ਨੂੰ ਜਿਹਨੂੰ ਮਰਜ਼ੀ ਪੁੱਛ ਲਈ, ਭਾਵੇਂ ਸਿੱਧੂ ਦਾ ਪਿੰਡ ਕੋਟ ਦਿੰਦਾ, ਸਾਰਿਆਂ ਨੂੰ ਪਤਾ ਕਿ ਬੁੱਧਵਾਰ ਨਹੀਂ ਪੈਂਦਾ, ਭਾਈ ਜਦੋਂ ਵੀ ਮਿਲ ਸਕਦਾ ਮਿਲਦਾ। ਹੁਣ ਦੱਸ ਕੀ ਕਰੀਏ ਤੇਰਾ, ਤੂੰ ਸਾਲਿਆ ਐਵੇਂ ਬਕਵਾਸ ਮਾਰੀ ਜਾਣਾ। ਮੈਂ ਤੈਨੂੰ ਕੱਲ੍ਹ ਨੂੰ, ਬਾਈ ਮੇਰੀ ਗੱਲ ਸੁਣ ਬਾਈ, ਆਪਣਾ ਤੇਰੇ ਨਾਲ ਕੋਈ ਰੌਲਾ ਨਹੀਂ। ਮੈਂ ਤੈਨੂੰ ਕੱਲ੍ਹ ਨੂੰ ਸਾਰਾ ਕੁਛ ਤੈਨੂੰ ਦੱਸ ਦੇਣਾ ਵੀ ਆਹ ਇੱਥੇ ਤੂੰ ਆਹ ਸਾਰੀਆਂ ਡੈਰੀਆਂ ਨੇਗੀਆਂ, ਦੋ ਡੈਰੀਆਂ, ਆਹ ਡੈਰੀ, ਆਹ ਡੈਰੀ ਕਾਹ ਸੀਗੀ, ਅਤੇ ਇਸ ਤੋਂ ਬਾਅਦ ਇੱਕ ਆਹ ਡੈਰੀ ਨਵੀਂ ਲਾ ਲਈ, ਠੀਕ ਹੈ ਨਾ? ਗੱਲ ਆਹ ਡੈਰੀ ਨਵੀਂ ਸ਼ੁਰੂ ਕਰ ਲਈ, ਇਹਦੇ ਵਿੱਚ ਤੂੰ ਜਿਹੜਾ ਮਰਜ਼ੀ ਚੱਕ ਕੇ ਨੰਬਰ ਲਾ ਲਈ, ਠੀਕ ਹੈ ਨਾ? ਗੱਲ ਕੱਲ੍ਹ ਨੂੰ ਜਿੱਥੇ ਕਵੇਂਗਾ ਮਲੇਰਕੋਟਲੇ ਦਾ ਰੱਖ ਲੈਂਦੇ, ਹੈ ਨਾ? ਮਲੇਰਕੋਟਲੇ ਕਲੀਅਰ ਹੈ, ਜਦੋਂ ਮਰਜ਼ੀ ਮਲੇਰਕੋਟਲੇ ਆ ਜੀ, ਅਤੇ ਕੱਲ੍ਹ ਨੂੰ ਸਾਨੂੰ, ਅਸੀਂ ਤੈਨੂੰ ਵਟਸਐਪ 'ਤੇ ਫੋਨ ਵੀ ਕਰਦਾ ਤੇਰੀ, ਅਤੇ ਦੁਬਾਰਾ ਫਿਰ ਤੈਨੂੰ ਟਰਾਈ ਕਰ ਲੈਣਾ, ਤੇਰਾ ਨੰਬਰ ਮਿਲੂਗਾ, ਕਿਉਂਕਿ ਆਪਾਂ ਹੋ ਜਾਣੇ ਬੁੱਕਲ 'ਚ ਗੁੜਜਾ ਨਹੀਂ ਭਣਦੇ, ਤੇਰਾ ਨੰਬਰ ਵੀ ਸਿੱਧਾ ਮੈਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਡੀਕਾਂ ਏ ਕੱਲ੍ਹ ਨੂੰ, ਅਤੇ ਸਾਡੇ ਰਾਹ 'ਚ ਰੋੜਾਂ। ਉਹਨੇ ਫੋਨ ਬੰਦ ਕਰੀ ਬਿਠਾ, ਅਤੇ ਇਸ ਤੋਂ ਬਾਅਦ ਫਿਰ ਕੁਛ ਵੀ ਹੋ ਸਕਦਾ, ਸਮਝ ਗਿਆ ਤੂੰ ਗੱਲ? ਕੱਲ੍ਹ ਨੂੰ ਸੱਚਾਂ ਤੂੰ ਦੇਖ, ਅਸੀਂ ਆਪਣੇ ਪੇਜ ਤੋਂ ਲਾਈਵ ਕਰ ਦਾਂਗੇ, ਜੇ ਤੈਨੂੰ ਘੱਟ ਬੰਦੇ ਲਾਈਵ ਦੇਖਦੇ ਨੇ, ਸਾਨੂੰ ਤਾਂ ਬਹੁਤ ਦੇਖਦੇ, ਸਾਨੂੰ ਤਾਂ ਇੰਸਟਾਗ੍ਰਾਮ 'ਤੇ ਲਾਈਵ 10-10 ਹਜ਼ਾਰ ਬੰਦਾ ਲਾਈਵ ਦੇਖੀ ਜਾਂਦਾ ਰਹਿੰਦਾ। ਕੋਈ ਸੱਚੀ ਕੋਈ ਖਲਾਜ ਦਾ ਵਾੜਾ ਨਹੀਂ ਹੈਗਾ ਵੀ ਚਲੋ ਗੁਰੂ ਮਹਾਰਾਜ ਨੇ ਤਰੱਕੀ ਦਿੱਤੀ ਆ, ਇਸ ਕਰਕੇ ਕੱਲ੍ਹ ਨੂੰ ਅਸੀਂ ਆਵਾਂਗੇ। ਆ ਤੇਰਾ ਨੰਬਰ 2 ਵਾਰੀ ਟਰਾਈ ਕਰ ਲਿਆ, ਤੈਨੂੰ ਵਟਸਐਪ 'ਤੇ ਭਾਣਾ ਸਿੱਧੂ ਲਿਖ ਕੇ ਮੈਸੇਜ ਭੇਜਦਾ, ਉਹਦਾ ਵਟਸਐਪ ਖੋਲ ਲਈ, ਚੈੱਕ ਕਰ ਲਈ, ਬੈਕ ਕਾਲ ਕਰ ਲਈ ਮੈਨੂੰ, ਅਤੇ ਕੱਲ੍ਹ ਨੂੰ ਤੈਨੂੰ 10 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਤੇਰੇ ਕੋਲ ਟਾਈਮ ਹੈ। ਅਤੇ ਉਹ ਕਿੰਨੇ ਵਜੇ ਆਉਣਗੇ ਸਵੇਰੇ? ਆ ਹਜੇ ਹੁਣ ਵੀ ਆ ਮੁੰਡੇ ਬੁਲਾਈ ਜਿਹੜੇ ਹੁਣ ਆਏ ਪਏ, ਮੈਡਮ ਬੁਲਾਈ ਬੁਲਾਈ ਸਾਰੇ ਅੰਦਰ ਬੁਲਾ, ਸਾਰਿਆਂ ਬੁਲਾਈ, ਹੈ ਬੁਲਾ ਲਾ ਸਾਰਿਆਂ ਨੂੰ। ਕਿੱਧਰ ਵਗੇ ਸਾਰੇ? ਆ ਜਾਓ ਸਾਰੇ ਜਾਣੇ, ਬੁਲਾਓ ਅੰਦਰ, ਦਿਖਾਈਏ। ਸਾਡੇ ਤਾਂ ਹੁਣ ਵੀ ਮੇਲਾ ਲੱਗਿਆ ਪਿਆ, ਦੇਖ ਰਣਜੋਤ ਸਿਆ ਕੀ ਹੈ ਤੇਰਾ ਨਾਮ, ਰਣਜੋਤ ਦਰਾ, ਚੱਲ ਕੋਈ ਨਾ ਮਸ਼ਹੂਰ ਕਰ ਦਿੰਦਾ, ਦੇਖ ਹੁਣ ਵੀ ਤੈਨੂੰ ਦਿਖਾਉਣਾ ਮੈਂ। ਬੁਲਾਓ ਸਾਰੇ ਮੁੰਡੇ ਨੂੰ ਅੰਦਰ, ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ, ਅਤੇ ਰਾਤ ਨੂੰ ਸਾਲਾ ਪੈ ਆ ਜਾਓ ਸਾਰੇ, ਆ ਗਏ ਮੁੰਡੇ, ਲਿਆ ਬੁਲਾ ਕੇ। ਇਹ ਚੀਜ਼ ਹੁੰਦੀ ਹੈ, ਇਸ ਕਰਕੇ ਐਵੇਂ ਨਹੀਂ ਛੋਟੇ ਵੀਰ ਕਿਸੇ ਨੂੰ ਕਰੀਦਾ, ਉਹਦਾ ਮਨ ਬੰਦੇ ਦਾ ਟੁੱਟ ਜਾਂਦਾ ਵੀ ਯਾਰ ਐਵੇਂ ਮਾਰੀ ਨਾ, ਸਰਕਾਰਾਂ ਸਰਕੂਰਾਂ ਦਾ ਬੰਦਾ ਬੋਲੀ ਜਾਵੇ, ਕੋਈ ਹੋਰ ਕਰੀ ਜਾਵੇ, ਇੱਧਰ ਲਿਆ ਸਾਰੇ ਪਿੱਛੇ ਆਏ ਖੜੋ, ਆਇਓ ਸਾਰੇ ਜਾਣੇ, ਦੇਖ ਹੁਣ ਵੀ ਇੱਧਰ ਆਇਆ, ਇੱਧਰ ਲੰਘਿਓ, ਆ ਦੇਖ ਹੁਣ ਵੀ ਸਾਰਿਆਂ ਨੂੰ ਬੁਲਾ ਉਹਨਾਂ ਨੂੰ, ਆ ਦੇਖ ਹੁਣ ਵੀ ਤੁਹਾਨੂੰ ਦਿਖਾਉਣੇ ਆ। ਸਾਡਾ ਤਾਂ ਹੁਣ ਵੀ ਗੁਰੂ ਮਹਾਰਾਜ ਦੀ ਐਡੀ ਕਿਰਪਾ ਕਿ ਹੁਣ ਵੀ ਬੰਦੇ ਇੰਨੇ ਇੰਨੇ ਘਰੇ ਕੰਮਾਂ ਵਾਲੇ ਖੜੇ ਰਹਿੰਦੇ ਨੇ ਕਿ ਕਾਕਾ ਕਿੰਨੇ ਵੱਜ ਗਏ ਹੁਣ, 8 ਵੱਜ ਗਏ, ਐਵੇਂ ਯਾਰ ਲੱਗਿਆ ਪਿਆ ਯਾਰ ਤੂੰ, ਠੀਕ ਆ ਨਾ ਗੱਲ? ਤੈਨੂੰ ਸਾਬਤ ਹੈ, ਤੂੰ ਕਹਿਣਾ ਵੀ ਐਂ ਸਾਬਤ ਕਰੋ ਕਿਸ ਤੋਂ, ਕਿਸ ਤੋਂ ਪੈਸਾ ਲੈਤਾ ਹੋਵੇ। ਆ ਜਾਓ ਸਾਰਿਆਂ ਨੇ, ਇੱਧਰ ਨੂੰ ਆ ਜਾਓ, ਆਹ ਖੜੇ ਨੇ ਬੰਦੇ ਸਾਰੇ, ਦੇਖ ਲਓ ਇੱਧਰ ਸਾਰਿਆਂ ਦੇ ਮੂੰਹ ਦੇਖ ਲਓ, ਠੀਕ ਆ ਨਾ? ਕਿਉਂ, ਕਿਹਦੀ ਧੌਣ 'ਚ ਕਿੱਲਾ ਹੈਗਾ, ਅਸੀਂ ਕੱਢ ਵੀ ਦੇਵਾਂਗੇ, ਠੀਕ ਆ ਨਾ ਗੱਲ? ਨਿਮਰਤਾ ਵੀ ਬਥੇਰੀ ਆ, ਪੰਜਾਬੀ ਚ ਬੋਲਦੇ ਯਾਰ, ਤੈਨੂੰ ਫੋਨ ਵਾਲੇ ਆਉਣਗੇ ਕਿਹੜੇ ਭਰਨੇ ਗੱਲ, ਕੋਈ ਚੱਕਰ ਨੀ, ਕਹਾਂਗੇ ਸੱਚ ਦੱਸਾਂਗੇ, 62-39-67-67 ਰਾਹ ਸਾਹਿਬ ਇਹਨੂੰ ਲਾ ਲਓ ਫੋਨ, ਠੀਕ ਹੈ ਨਾ ਗੱਲ? ਪਹਿਲਾਂ ਬਣਵਾ ਦੇ ਜੀ, ਮੈਂ ਬਣਵਾਣੇ ਨੂੰ ਬਾਕੀ ਬੰਦਿਆਂ ਨੂੰ ਲੈ ਕੇ ਆਇਆ ਆਪਾਂ। ਇੱਕ ਆਹ ਮੁੰਡਾ ਦਰਾਜੇ ਤੋਂ, ਆਹ ਮੁੰਡਾ ਇਹਦੇ ਪਿੰਡੋਂ ਨਹੀਂ ਗਿਆ, ਫੋਨ ਆ ਜਾਂਦਾ? ਨਾ ਲਾਈ ਮੜਾ, ਇਹਨੂੰ ਨੰਬਰ ਦੇ ਦੇਣ ਨੂੰ ਵੀ ਕਰੇ, ਜਿਹੜੇ ਅਸੀਂ ਆਹ ਨੰਬਰ ਕੱਲ ਨੂੰ ਇਹਦੇ ਵਿੱਚ ਡਾਇਰੀ 'ਚੋਂ ਲਾਵਾਂਗੇ, ਤੇ ਮੈਨੂੰ ਐ ਵੀ ਚੱਲ ਜੇ ਮੈਂ ਕਹੂੰ ਇਹਦੇ ਨੰਬਰ ਬੋਲ ਦਿੰਦੇ ਆ ਲਾਓ, ਤੇਰੇ ਦਰਾਹੇ ਪਿੰਡ ਦੇ ਮੁੰਡੇ ਦਾ ਨੰਬਰ ਬੋਲਦਾ, ਇਹ ਪੈਸੇ ਵਾਪਸ ਕਰਵਾਏ ਨੇ, ਗੱਲ ਸੁਣੋ। 98-555-98-555 18-198 ਤੇਰੇ ਦਰਾਹੇ ਪਿੰਡ ਦੇ ਪੈਸੇ ਮੜਵਾਏ ਨੇ।
ਪੁੱਛ ਲਈ ਨਾਲੇ ਉਹਨੂੰ ਕਿੰਨੇ ਵੜਵਾਏ ਨੇ ਐਵੇਂ ਸਾਲਾ ਡੱਕਿਆ ਹੋਇਆ ਭਕਾਈ ਮਰੀ ਨਾ ਕੁੱਤਿਆਂ ਵਾਲੀ ਤੂੰ ਸਾਲਿਆ ਤੈਨੂੰ ਤੂੰ ਕਿਸੇ ਜ਼ੁਰਤ ਹੈਗੀ ਕੋਈ ਐ ਕਿਸੇ ਜਾ ਕੇ ਜੰਟ ਦੇ ਇਮੀਗ੍ਰੇਸ਼ਨ ਚ ਬਾਰ ਚ ਬੋਲ ਪਊਗਾ ਇਹ ਤਾਂ ਮਹਾਰਾਜ ਨੇ ਤਾਕਤ ਬਖਸ਼ੀ ਹੈ ਸਾਨੂੰ ਪਤਾ ਹੁੰਦਾ ਕੋਈ ਪਰਚਾ ਦਰਜ ਕਰਾਊ ਕਰਾ ਦਿੰਦੇ ਕੋਈ ਚੱਕਰ ਜੇਲ੍ਹ ਕੱਟੇ ਆਵਾਂਗੇ ਤੇਰੇ ਜ਼ੁਰਤ ਹੈਗੀ ਤੂੰ ਕਿਸੇ ਕਹਿ ਜਾਏ ਗਲਤ ਹੱਥ ਪਾਲੇ ਐਵੀਂ ਬਕਵਾਸ ਮਾਰੀ ਇਹਨਾਂ ਸਾਲਿਆ ਕੋਈ ਅਜੇ ਥੋੜੂ ਲੱਗਿਆ ਸਾਡੇ ਤਾਂ ਦਾਦਿਆਂ ਤੋਂ ਲੈ ਕੇ ਕੰਮ ਚੱਲਦਾ ਹੈ ਮੇਰੇ ਦਾਦੇ ਨੂੰ ਪੁੱਛਣੇ ਜੇ ਅੱਜ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਖੜੀ ਹੈ ਤਾਂ ਮੇਰੇ ਦਾਦਾ ਜੀ ਕਰਕੇ ਖੜੀ ਹੈ ਬੜਾ ਇੱਧਰ ਨਹੀਂ ਫੋਟੋ ਦਿਖਾ ਦੇਈਏ ਨਹੀਂ ਚੱਕ ਕੇ ਫੋਟੋ ਲਾ ਕੇ ਲਿਆ ਜਾ ਦਾਦੇ ਜੀ ਅੱਜ ਥੋੜਾ ਕੱਢਣੇ ਆ ਜਵਾਬ ਲਿਆ ਮਣੀ ਜੀ ਫੋਟੋ ਦਰਾਹੇ ਜਾਓ ਇਹਦੇ ਖਾਉਣਾ ਲਿਆ ਫੋਟੋ ਲਾ ਕੇ ਆ ਦੇਖੋ ਇਹ ਹੁਣ ਫੋਨ ਆਈ ਆ ਦੇਖ ਇਹਦੇ ਕਿਆ ਫੋਨ ਆਏ ਮੇਰੇ ਮੁੰਡੇ ਨੇ ਆਹ ਬੜਾ ਦਾਦਾ ਜੀ ਹੈ ਆ ਦੇਖ ਇਹਦੇ ਕਰਕੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਅੱਜ ਉਹ ਖੜੀ ਹੈ ਆ ਦੇਖ ਮੁੰਡੇ ਨੇ ਫੋਨ ਆਈ ਜਾਂਦੇ ਨੇ ਇਹ ਮੇਰੇ ਦਾਦਾ ਜੀ ਨੇਗੇ ਮੈਂ ਜਜ਼ਬਾਤੀ ਜਿਹਾ ਬੰਦਾ ਯਾਰ ਮੈਨੂੰ ਇਹ ਹੁੰਦਾ ਹਜੇ ਮੈਨੂੰ ਇਹਨਾਂ ਦਾ ਇਹਦੇ ਬਾਅਦ ਡਰਾਹਾ ਹੀ ਨਹੀਂ ਆ ਫੇਮਸ ਹੁੰਦਾ ਸਾਲਾ 3000 ਬੰਦਾ ਮੈਂ ਆਪਣਾ ਠੀਕ ਆ ਓਕੇ ਬਾਈ ਥੈਂਕ ਯੂ ਤੇ ਆਪਣਾ ਨਾ ਐਵੇਂ ਨਹੀਂ ਕਰੀਦਾ ਹੁੰਦਾ ਛੋਟੀ ਵੀਰ ਜੇ ਤੁਸੀਂ ਕੰਮ ਕਰਨਾ ਆਪਦਾ ਕੰਮ ਕਰਕੇ ਲੋਕਾਂ ਦਾ ਮਸ਼ਹੂਰ ਹੋ ਠੀਕ ਹੈ ਨਾ ਗੱਲ ਅਸੀਂ ਬੋਲਦੇ ਹਾਂ ਸਰਕਾਰਾਂ ਦੇ ਖੁੱਲ੍ਹ ਕੇ ਖਿਲਾਫ਼ ਬੋਲਦੇ ਹਾਂ ਆ ਹੁਣ ਜਿਹੜੀਆਂ ਪਾਰਟੀਆਂ ਪਿਛਲੀਆਂ ਜਿਹਨਾਂ ਦੀ ਸਰਕਾਰ ਨਹੀਂ ਉਹਨਾਂ ਦੇ ਖਿਲਾਫ਼ ਹੁਣ ਬੋਲਣ ਨੂੰ ਜੀ ਨਹੀਂ ਕਰਦਾ ਜਿਹੜੀ ਸਰਕਾਰ ਆ ਅਸਲੀ ਬੰਦਾ ਉਹ ਹੁੰਦਾ ਜਿਹੜਾ ਵੀ ਆ ਜਾ ਵੀ ਹਕੂਮਤ ਨੂੰ ਹੱਥ ਪਾਉਣੇ ਆ ਜਿਹੜੇ ਜਿਹੜਾ ਬੰਦਾ ਗੱਦੀ 'ਤੇ ਬੈਠਾ ਉਹਦੇ ਖਿਲਾਫ਼ ਬੋਲਣ ਵਾਲਾ ਵੀ ਆ ਉਹਦੇ ਖਿਲਾਫ਼ ਬੋਲੋ ਠੀਕ ਹੈ ਉਹ ਬੰਦਾ ਹੁੰਦਾ ਅਸਲੀ ਬਾਬੇ ਦੀ ਪਛਾਣ ਕਿੱਥੋਂ ਹੋਊਗੀ ਅਸਲੀ ਬਾਬਾ ਕੌਣ ਹੈ ਜੇ ਤੁਸੀਂ ਅਸਲੀ ਬਾਬੇ ਦੀ ਕਿਸੇ ਦੀ ਪਛਾਣ ਕਰਨੀ ਆ ਹੁਣ ਜਿਹੜੇ ਬਾਬੇ ਸਰਕਾਰੀ ਬਣ ਕੇ ਸਰਕਾਰ ਦੀ ਮਾਲਾ ਫਰੀਦਨ ਸਰਕਾਰ ਦੇ ਗਨਮੈਨ ਲਈ ਫਿਰਦੇ ਨੇ ਉਹ ਕਾਹਦੇ ਬਾਬੇ ਨੇ ਅਸਲੀ ਬਾਬਾ ਉਹ ਹੈ ਕਿ ਜਿਹੜਾ ਬਾਬਾ ਸਮੇਂ ਦਾ ਰਾਜਾ ਸਮੇਂ ਦੀ ਸਰਕਾਰ ਦੇ ਖਿਲਾਫ਼ ਬੋਲੇ ਉਹ ਅਸਲੀ ਬਾਬੇ ਦੀ ਪਛਾਣ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਆ ਚਾਹੇ ਕ੍ਰਿਸਮਸ ਆ ਰਿਹਾ ਕ੍ਰਿਸਚਨ ਧਰਮ ਦੀ ਗੱਲ ਕਰ ਲਓ ਸੂਲੀ ਚੜ੍ਹਿਆ ਸੀਗਾ ਯਿਸੂ ਜਿਹੜੇ ਮਰਜ਼ੀ ਧਰਮ ਦੀ ਗੱਲ ਚੱਕ ਲਓ ਹੁਣ ਜਿਹੜੇ ਬੰਦੇ ਸਰਕਾਰ ਦੀਆਂ ਗੱਲਾਂ ਕਰਕੇ ਸਰਕਾਰੀ ਬਣੇ ਬੈਠੇ ਨੇ ਉਹਦਾ ਕੀ ਫਾਇਦਾ ਸਰਕਾਰ ਜਿਹੜੀ ਸਰਕਾਰ ਗੱਪ ਮਾਰ ਕੇ ਜਿਹੜਾ ਕੁਰਸੀ ਤੇ ਬੰਦਾ ਬਹਿ ਗਿਆ ਝੂਠ ਮਾਰ ਕੇ ਜਿਹੜਾ ਬੰਦਾ ਤੁਸੀਂ ਝੂਠ ਨੂੰ ਝੂਠ ਨਹੀਂ ਕਹਿ ਸਕਦੇ ਤਾਂ ਉਹਦਾ ਕੀ ਉਹ ਹੈ ਹੈ ਬਸ ਕਰਾਂ ਥੋੜ੍ਹਾ ਜਿਹਾ ਪਹਿਲਾਂ ਮੂੰਹ ਕਰੰਟ ਨਾਲ ਕੱਢਦਾ ਜੇ ਪਹਿਲਾਂ ਕੱਢਦਾ ਹੁੰਦਾ ਪਰ ਸਾਡੇ ਬੰਦੇ ਨੇ ਪੜ੍ਹ ਕਰਿਆ ਕੁਛ ਨਹੀਂ ਹੁੰਦਾ ਯਾਰ ਲੋਕਾਂ ਨੂੰ ਅਸਲ ਦੇ ਵਿੱਚ ਪਤਾ ਹੀ ਗੱਲ ਹੈ ਲੋਕ ਬਾਹਲਾ ਜੇ ਆਪਾਂ ਕਹਿੰਦੇ ਸਿਆਣੇ ਬਣ ਕੇ ਪੜ੍ਹ ਕੇ ਬੋਲਣਾ ਉਹ ਕੋਈ ਬਾਹਲਾ ਲੋਕ ਉਸ ਚੀਜ਼ ਨੂੰ ਪਸੰਦ ਨਹੀਂ ਕਰਦੇ ਪੜ੍ਹਿਆ ਲਿਖਿਆ ਜੇ ਆਪਾਂ ਗੱਪ ਜੀ ਉਹ ਭੋਲਾ ਜਿਹਾ ਚਿਹਰਾ ਰੱਖੀ ਜਾਵੇ ਲੋਕ ਉਸ ਚੀਜ਼ ਨੂੰ ਨਹੀਂ ਪਸੰਦ ਕਰਦੇ ਸੱਚੀ ਜਿਹੜਾ ਤੁਹਾਡੇ ਅੰਦਰ ਗੱਲ ਆ ਉਹ ਕਹੋ ਪੜ੍ਹੇ ਲਿਖੇ ਤਾਂ ਹੁਣ ਵਕੀਲ ਬਹੁਤ ਹੁੰਦੇ ਨੇ ਲੜਾ ਕੇ ਮਰੀ ਜਾਂਦੇ ਨੇ ਪੜ੍ਹੇ ਲਿਖੇ ਡਾਕਟਰ ਬਹੁਤ ਹੁੰਦੇ ਨੇਗੇ ਤਰਾਸ ਤਰਾਸ ਕੇ ਧਰਨ ਵਾਲੀਆਂ ਗੱਲਾਂ ਪੜ੍ਹੇ ਲਿਖੇ ਪੱਤਰਕਾਰ ਵੀ ਬਹੁਤ ਬੈਠੇ ਨੇਗੇ ਜੇ ਪੱਤਰਕਾਰ ਜਿਹੜੇ ਸਰਕਾਰ ਹੈ ਸਰਕਾਰੀ ਸਾਰੇ ਸਰਕਾਰੀ ਬੋਲੀ ਬੋਲੀ ਸਾਰੇ ਸਰਕਾਰ ਦੀਆਂ ਗੱਲਾਂ ਕਰੀ ਜਾਂਦੇ ਨੇ ਪੜ੍ਹੇ ਲਿਖਿਆ ਮੈਟਰ ਨਹੀਂ ਰੱਖਦਾ ਬੰਦੇ ਦੇ ਅੱਲੇ ਪੱਲੇ ਸੱਚ ਹੋਣਾ ਚਾਹੀਦਾ ਠੀਕ ਆ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਤੁਹਾਨੂੰ ਲੋਕ ਸਮਝ ਜਾਣਗੇ ਜ਼ੁਰਤ ਉਹ ਚੀਜ਼ ਹੁੰਦੀ ਹੈ ਜਿਹੜਾ ਬੰਦਾ ਹਾਂ ਯਾਰ ਲੋਕਾਂ ਦੇ ਸਾਹਮਣੇ ਗੱਲ ਰੱਖਦੇ ਵੀ ਆਹ ਹੈ ਠੀਕ ਆ ਵੀਰੋ ਟੈਨਸ਼ਨ ਦਾ ਮੈਨੂੰ ਬਹੁਤ ਟੈਨਸ਼ਨ ਦਾ ਮੇਰਾ ਹੁਣ ਲੜਨ ਨੂੰ ਜੀ ਕਰੀ ਜਾਂਦਾ ਸੀਗਾ ਯਾਰ ਮੇਰਾ ਦਿਮਾਗ ਦੇ ਗਰਮੈਸ ਵਿੱਚ ਬਹੁਤ ਚੜ੍ਹੀ ਪਈ ਸੀ ਠੀਕ ਹੈ ਅਤੇ ਆਪਣਾ ਬਾਈ ਕੱਲ੍ਹ ਨੂੰ ਕੋਈ ਹੋਰ ਵੀ ਬੰਦਾ ਬਜ਼ੁਰਗ ਜਿਹੜੇ ਬੰਦੇ ਮੇਰੇ ਐਂ ਦੱਸੋ ਵੀ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਵੀ ਜਿਹੜੇ ਬੰਦੇ ਰੋਜ਼ ਹੀ ਮੇਰੇ ਦੂਜੇ ਤੀਜੇ ਦਿਨ ਖਿਲਾਫ਼ ਵੀਡੀਓ ਪਾਉਣ ਲੱਗ ਜਾਂਦੇ ਨੇ ਇਹਨਾਂ ਦੇ ਖਿਲਾਫ਼ ਜੇ ਮੈਂ ਰੋਜ਼ ਹੀ ਜਵਾਬ ਦੇਣ ਲੱਗ ਗਿਆ ਫਿਰ ਮੈਂ ਕੰਮ ਨਹੀਂ ਕਰ ਸਕਣਾ ਯਾਰ ਕਿਵੇਂ ਕਰੀਏ ਕੱਲ੍ਹ ਦਾ ਦਿਨ ਟਾਈਮ ਹੈਗਾ ਕੱਲ੍ਹ ਨੂੰ ਕੱਢ ਲੈਂਦਾ ਕੱਟਾ ਕੱਟੀ ਜੇ ਕਿਸੇ ਨੇ ਕੱਢਣਾ ਠੀਕ ਹੈ ਨਾ ਗੱਲ ਕੱਲ੍ਹ ਨੂੰ ਖੁੱਲ੍ਹਾ ਚੈਲੇਂਜ ਉਹ ਖੜਾ ਮੁੰਡਾ ਜਿਹਨੇ ਨਾਟਕ ਕਰਨ ਦਿੱਤਾ ਪਿੱਛੇ ਨਾਟਕਰਾਂ ਦੇ ਮੈਸੇਜ ਕਰੀ ਜਾਂਦੇ ਨੇ ਨਾਟਕਰਾਂ ਵਾਲਾ ਵੀ ਆਹ ਖੜਾ ਦਿਖਾ ਦਿੰਦਾ ਤੁਹਾਨੂੰ ਆਪਣੇ ਦਿਖਾਵਾਂ ਕਿ ਨਾ ਚੱਲ ਕੋਈ ਨਾ ਨਾਟਕਰਾਂ ਵਾਲਾ ਵੀ ਆਪਣਾ ਭਾਈ ਹੈ ਉਹ ਖੜਾ ਪਿੱਛੇ ਜਿਹਨੇ ਨਾਟਕ ਕਰਾ ਦਿੱਤਾ ਅਤੇ ਠੀਕ ਆ ਬਾਈ ਓਕੇ ਧੰਨਵਾਦ ਥੈਂਕ ਯੂ ਸੋ ਮਚ ਜਿਉਂਦੇ ਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਵੈਸੇ